ਐਸਐਸ ਵੰਜਾਰਾ ਬੇਦੀ ਦਾ ਦੀ ਵਾਰਤਕ ਹੈ ਖਾਨਾ ਬਦੋਸ਼ਾਂ ਦਾ ਡੇਰਾ ਸਾਡੇ ਸਕੂਲ ਦੇ ਰਾਹ 'ਚ ਇੱਕ ਵੱਡੀ ਸਾਰੀ ਬੰਨ ਆਉਂਦੀ ਸੀ ਇਸ ਬੰਨ ਦੇ ਆਲੇ ਦੁਆਲੇ ਕਾਫੀ ਸਾਰੀ ਖੁੱਲੀ ਥਾਂ ਉਜਾੜ ਪਈ ਸੀ ਜਿੱਥੇ ਨਿੱਕੀਆਂ ਮੋਟੀਆਂ ਝਾੜੀਆਂ ਤੇ 베ਰੀਆਂ ਉਗੀਆਂ ਹੋਈਆਂ ਸਨ ਸਕੂਲ ਜਾਂਦੇ ਹੋਏ ਮੁੰਡੇ ਕਈ ਵਾਰੇ ਨਾ 베ਰੀਆਂ ਨਾਲੋਂ ਨਿੱਕੇ ਨਿੱਕੇ 베ਰਾਂ ਨੂੰ ਤੋੜ ਕੇ ਖਾਂਦੇ ਬਸ 베ਰੀ ਨੂੰ ਜ਼ੋਰ ਨਾਲ ਝੋਲਣਾ ਤੇ ਹੀਠਾਂ 베ਰਾਂ ਦਾ ਢੇਰ ਲੱਗ ਜਾਣਾ ਇਹਨਾਂ 베ਰਾਂ ਨੂੰ ਕੋਕਣ 베ਰ ਕਹਿੰਦੇ ਇਹ ਬੇਰ ਜਿੰਨੇ ਨਿੱਕੇ ਹੁੰਦੇ ਉਹਨੇ ਮਿੱਠੇ ਤੇ ਸੁਆਦੀ ਵੀ ਕੋਕਣ ਸ਼ਬਦਾ ਕੋਕਣ ਸ਼ਬਦਾ ਅਗਲਾ ਭਾਵ ਕੁਝ ਵੀ ਹੋਵੇ ਪਰ ਲੋਕ ਕਲਪਨਾ ਅਨੁਸਾਰ ਕੋਕਣ ਸ਼ਬਦ ਸੌਕਣ ਤੋਂ ਵਿਗੜ ਕੇ ਹੋਣ ਦਾ ਚਾਇਆ ਕਹਿੰਦੇ ਨੇ ਕਿ ਧੀਵੀ ਨੇ ਆਪਣੀ ਮਾਸੂਮ ਜਿਹੀ ਸੌਕਣ ਨੂੰ ਬੱਕਰੇ ਵਾਂਗ ਵੱਢ ਕੇ ਘਰੋਂ ਬਾਹਰ ਰੜੇ ਮੈਦਾਨ 'ਚ ਦੱਬ ਦਿੱਤਾ ਉਸ ਧੀਵੀ ਨੇ ਪਿੰਡ 'ਚ ਇਹ ਗੱਲ ਹੁਗਾ ਦਿੱਤੀ ਵੀ ਉਹਦੀ ਸੌਕਣ ਆਪਣੇ ਇੱਕ ਯਾਰ ਨਾਲ ਉੱਦਲ ਗਈ ਹੈ ਉਨੇ ਖੋਦ ਨੂੰ ਆਪਣੇ ਯਾਰ ਨਾਲ ਸੇਜ ਭੋਗਦਿਆਂ ਵੇਖਿਆ ਸੀ ਤੇ ਉਹ ਸੌਕਣ ਦੇ ਮਹਿਣੀਆ ਤੇ ਖਸਮ ਦੀ ਮਾਰ ਤੋਂ ਡਰਦੀ ਉਸ ਵੇਖਦੇ ਵੇਖਦੇ ਉਹਦਾ ਮੂੰਹ ਚੜਾਈ ਹੋਈ ਆਪਣੇ ਯਾਰ ਨਾਲ ਨੱਠ ਗਈ ਸੀ ਫਿਰ ਉਹਦੀ ਕੋਈ ਖਬਰ ਸੁਰਤ ਨਹੀਂ ਸੀ ਮਿਲੀ ਪਰ ਸੌਕਣ ਆਪਣੇ ਸੱਚ ਨੂੰ ਪ੍ਰਗਟ ਕਰਨ ਲਈ ਉਸ ਧਰਤੀ 'ਚੋਂ 베ਰੀ ਦੇ ਰੂਪ ਚ ਨਿਸਰ ਆਈ ਫਤਿ ਜਦੋਂ ਉਸ ਰੜੇ ਮੈਦਾਨ 'ਚੋਂ ਦੀ ਲੰਗਦਾ ਪਤਨੀ ਨਿੱਕੇ ਨਿੱਕੇ 베ਰਾਂ ਦੇ ਰੂਪ ਚੋਂ ਦੇ ਕਦਮਾਂ 'ਚ ਡਿੱਗ ਕੇ ਉਹਦੀ ਕਦਮਬੋਸੀ ਕਰਦੀ ਕੁਬੇਰ ਭਾਵੇਂ ਛੋਟੇ-ਛੋਟੇ ਹੁੰਦੇ ਪਰ ਉਹਨਾਂ 'ਚ ਮਿਸ਼ਰੀ ਵਰਗੀ ਮਿਠਾਸ ਤੇ ਚੰਬੇਲੀ ਵਰਗੀ ਮਹਿਕ ਸੀ ਖਾਵੰਦ ਦੋਨੋਂ 베ਰਾਂ ਨੂੰ ਚੁਰਾ ਕੇ ਖਾ ਲੈਂਦਾ ਇੱਕ ਦਿਨ ਕੋਈ 베ਰੀ ਝਾੜੀ ਤੋਂ ਕੋਈ 베ਰ ਝਾੜੀ ਤੋਂ ਹੇਠਾਂ ਨਾ ਡਿੱਗਿਆ ਖਾਵੰਦ ਨੇ 베ਰੀ ਨੂੰ ਜ਼ੋਰ ਦੀ ਛੋਣਿਆ ਤਾਂ ਉਸਨੇ 베ਰੀ 'ਚੋਂ ਇੱਕ ਸੁਰ ਉੱਭਰਦੀ ਸੁਣੀ ਲਾਲਵੇ ਤੋਂ ਪਰਤ ਮੁਹਾਰਵੇ ਮੈਂ ਖੜੀ ਉਡੀਕਾਂ ਦੁਆਰ ਵੇ ਇਹ ਗੀਤ ਤਾਂ ਉਹਦੀ ਪਤਨੀ ਗਾਇਆ ਕਰਦੀ ਸੀ ਆਵਾਜ਼ ਵੀ ਤਾਂ ਇਨ ਬਿਨ ਉਹਦੇ ਨਾਲ ਮਿਲਦੀ ਹੈ ਉਨੇ ਵਾਲੇ ਦੁਆਲੇ ਨਜ਼ਰ ਫੇਰੀ ਪਰ ਉਹਨੂੰ ਕੋਈ ਵਿਖਾਈ ਨਾ ਦਿੱਤਾ ਉਹਨੇ ਆਪਣੇ ਮਨ ਦਾ ਭਰਮ ਸਮਝਿਆ ਉਹ 베ਰੀ ਦੇ ਡਿੱਗੇ 베ਰ ਚੁਗਣ ਲੱਗਾ ਉਹਨੂੰ 베ਰੀ ਫੇਰ ਬੋਲਦੀ ਜਾਪੀ ਮੈਂ ਤਾਂ ਤੈਨੂੰ ਪਰਤਾਇਆ ਸੀ ਮੈਂ ਤਾਂ ਤੈਨੂੰ ਪਰਤੇਆਇਆ ਸੀ ਵੇਖਾ ਮੇਰੇ 베ਰ ਤੈਨੂੰ ਚੰਗੇ ਵੀ ਲੱਗਦੇ ਨੇ ਕਿ ਨਹੀਂ ਤੂੰ ਇਹਨਾਂ ਨੂੰ ਖਾਣ ਲਈ ਤੰਗਦਾ ਵੀ ਹੈ ਕਿ ਨਹੀਂ ਤੇ ਖਾਵਨ ਨੇ ਆਪਣੀ ਪਤਨੀ ਦੀ ਆਵਾਜ਼ ਨੂੰ ਪਛਾਣ ਲਿਆ ਇਨ ਬੇਨੋਈਓ ਸੋ ਖਾਵਨ ਨੇ ਜ਼ੋਰ ਜ਼ੋਰ ਦੀ 베ਰੀ ਝੂਟੀ ਵਿਚੋਂ ਇੱਕ ਹੂਕ ਜੀ ਨਿਕਲੀ ਬਸ ਹੋਰ ਨਾ ਝੂਣ ਮੇਰੇ ਪ੍ਰਾਨ ਨਿਕਲ ਜਾਣਗੇ ਬਸ ਤੂੰ ਇੱਕ ਵਾਰ ਰੋ ਜਾ ਕੇ ਮੈਨੂੰ ਗਲਵੱਕੜੀ ਪਾ ਲਿਆ ਕਰ ਉਸ ਵੇਲੇ ਖਾਬੰਦ ਦੌੜਦਾ ਘਰ ਗਿਆ ਆਪਣੀ ਵੱਡੀ ਬੋਟੀ ਨੂੰ ਗੁੱਤੋਂ ਫੜ ਕੇ ਤਰੀਕ ਦਾ ਹੋਇਆ 베ਰੀ ਕੋਲ ਲੈ ਆਇਆ ਲੈ ਵੇਖ ਆਪਣੀ ਕਰਤੂਤ ਸੌਂਕਣ ਨੇ ਆਪਣਾ ਕਸੂਰ ਮੰਨ ਲਿਆ ਤੇ ਇਹੋ ਸੌਂਕਣ 베ਰ ਕੌਂਕਣ 베ਰ ਬਣ ਗਈ ਪਤਾ ਨਹੀਂ ਇਹ ਮੁੱਢੀ ਕਿੰਨੀ ਕ ਸੱਚੀ ਏ ਪਰ ਕੌਂਕਣ 베ਰਾ ਨੂੰ ਖਾਂਦੇ ਆ ਇੱਕ ਮਹਿਕ ਜੀ ਆਉਂਦੀ ਏ ਕਿਸੇ ਤੀਵੀਂ ਦੇ ਬੁੱਲਾਂ ਦੀ ਇਹਦਾ ਬਿਰਚ ਦੂਰੋਂ یوں ਲੱਗਦਾ ਜਿਵੇਂ ਕੋਈ ਮਜਬੂਰ ਮੁਟਿਆਰ ਆਪਣੇ ਮਾਹੀ ਦੀ ਉਡੀਕ 'ਚ ਖੜੀ ਹੋਵੇ ਅਚਾਨਕ ਇੱਕ ਦਿਨੇ ਨਾ 베ਰੀਆਂ 'ਚ ਸਿਰਕੀਆਂ ਦੀਆਂ ਝੁੱਗੀਆਂ ਉੱਭਰ ਆਈਆਂ ਕੱਲ ਜਦੋਂ ਮੈਂ ਆਪਣੇ ਦੋਸਤਾਂ ਨਾਲ ਸਕੂਲ ਜਾਂਦਾ ਹੋਇਆ ਇੱਥੋਂ ਦੀ ਲੰਘਿਆ ਸੀ ਤਾਂ ਇੱਥੇ ਰੜਾ ਮੈਦਾਨ ਸੀ ਤੇ ਅਸੀਂ ਕਿੰਨਾ ਚਿਰ 베ਰ ਝੋਣ ਕੇ ਖਾਂਦੇ ਰਹੇ ਸੀ ਪਰ ਅੱਜ ਇੱਥੇ ਇੱਕ ਪੂਰਾ ਜਹਾਨ ਵਸ ਗਿਆ ਸੀ ਕੁੱਤੇ ਬੇਫਿਕਰ ਘੁੰਮ ਰਹੇ ਸਨ 40-50 ਸਿਰਕੀਆਂ ਦੀਆਂ ਝੁੱਗੀਆਂ ਬੱਕਰੀਆਂ ਦੇ ਜੜੇ-ਦਰ-ਉਦਰ ਚੱਲ ਰਹੇ ਸਨ ਕੁੱਕੜ-ਕੁਕੜੀਆਂ ਨੇ ਆਪਣੀ ਦੁਨੀਆ ਵਸਾਈ ਸੀ ਬਿੱਲੀਆਂ ਮਿਆਂਕ ਰਹੀਆਂ ਸਨ ਇੰਨੀ ਵੱਡੀ ਦੁਨੀਆ ਰਾਤੋਂ ਰਾਤ ਕਿਵੇਂ ਵਸ ਗਈ ਇਹ ਲੋਕ ਕੌਣ ਸਨ ਅਸੀਂ ਇੱਕ ਦੂਜੇ ਤੋਂ ਪੁੱਛਦੇ ਕਿੱਥੋਂ ਆਏ ਨੇ ਇੱਥੇ ਕਿਉਂ ਵਸ ਗਏ ਨੇ ਹੌਲੇ-ਹੌਲੇ ਪਿੰਡ ਵਿੱਚ ਵੀ ਇਹਨਾਂ ਟੱਪਰੀਵਾਸਾਂ ਬਾਰੇ ਚਰਚਾ ਚਰਚਾ ਛਿੜ ਗਈ ਕੋਈ ਕਹਿੰਦੇ ਇਹ ਲੋਕ ਚੋਰੀ-ਚਿਕਾਰੀ ਕਰਕੇ ਪੇਟ ਪਾਲਦੇ ਨੇ ਕੋਈ ਕਹਿੰਦੇ ਇਹ ਲੋਕ ਛੋਟੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਤੇ ਜਦੋਂ ਜਵਾਨ ਕੁੜੀ ਹੁੰਦੀ ਹੈ ਤਾਂ ਉਹਨੂੰ ਨੱਚਣ ਗਾਉਣ ਵਾਲਿਆਂ ਅੱਗੇ ਵੇਚ ਆਉਂਦੇ ਨੇ ਕੋਈ ਕਹਿੰਦਾ ਇਹਨਾਂ ਦੀਆਂ ਕੁੜੀਆਂ ਕਬੂਤਰੀਆਂ ਵੱਡੀਆਂ ਹੋ ਕੇ ਨੱਚਦੀਆਂ ਨੇ ਉਹੀ ਕੰਜਰੀਆਂ ਬਣਦੀਆਂ ਨੇ ਮੈਨੂੰ ਇਹ ਗੱਲ ਸੁਣ ਕੇ ਬੜਾ ਸਵਾਦ ਆਉਂਦਾ ਸੀ ਹਰ ਨੱਚਣ ਵਾਲੀ ਮੈਨੂੰ ਤਿੱਤਲੀ ਲੱਗਦੀ ਸੀ ਫਿਰ ਅਸੀਂ ਸਭ ਨੂੰ ਮੁੰਡਿਆਂ ਨੂੰ ਘਰੋਂ ਹਦਾਇਤਾਂ ਮਿਲੀਆਂ ਕਿ ਉਹ ਬੰਨੀ ਵਾਲੇ ਪਾਸੇ ਤੋਂ ਜਿੱਥੇ ਉਹ ਟੱਪਰੀ ਵਾਸੀ ਵਸੇਰਾ ਕਰ ਰਹੇ ਹਨ ਲੰਘ ਕੇ ਸਕੂਲ ਨਾ ਜਾਇਆ ਕਰੇ ਦੂਜਾ ਰਸਤਾ ਜੋ ਖੇਤਾਂ ਵੱਲੋਂ ਸਕੂਲ ਜਾਂਦਾ ਹੈ ਉਧਰੋਂ ਲੰਘਿਆ ਕਰ। ਦਾਦੀ ਜੀ ਨੇ ਮੈਨੂੰ ਇੱਕ ਦਿਨ ਕੋਲ ਬਿਠਾ ਕੇ ਸਮਝਾਇਆ ਬੱਚਿਆ ਉਹ ਟੱਪਰੀ ਵਾਸੀ ਜਾਦੂਗਰ ਹੁੰਦੇ ਨੇ ਇਹਨਾਂ ਦੀਆਂ ਤੀਵੀਆਂ ਬੱਚਿਆਂ ਨੂੰ ਮੱਖੀ ਬਣਾ ਕੇ ਡੱਬੀ 'ਚ ਬੰਦ ਕਰ ਲੈਂਦੀਆਂ ਨੇ। ਇੱਕ ਹੋਰ ਤੀਵੀ ਦਾਦੀ ਜੀ ਦਾ ਹੰਗਾਰਾ ਪਰਦੀ ਕਹਿਣ ਲੱਗੀ ਖਾਣਾ ਬਦੋਸ਼ਾਂ ਦੀਆਂ ਤੀਵੀਆਂ ਤਾਂ ਨਿਰੀਆਂ ਚੋਡੇਲਾ ਨੇ ਉਹ ਮੰਤਰ ਮਾਰ ਕੇ ਗਬਰੂਆਂ ਨੂੰ ਤੋਤਾ ਜਾਂ ਬੁਲਬੁਲ ਬਣਾ ਕੇ ਪਿੰਜਰੇ 'ਚ ਡੱਕ ਦਿੰਦੀਆਂ ਨੇ। ਗਲੀ ਗਵਾਂਡ ਦੀਆਂ ਕੁਝ ਹੋਰ ਤੀਵੀਆਂ ਵੀ ਉੱਥੇ ਆ ਗਈਆਂ। ਤੇ ਵਾਰੋ ਵਾਰੀ ਸਭ ਅਨੋਖੀਆਂ ਕਹਾਣੀਆਂ ਛੋ ਬੈਠੀਆਂ ਇੱਕ ਬਡੇਰੀ ਤੀਵੀ ਨੇ ਦੱਸਿਆ ਫਲਾਣੀ ਤੀਵੀ ਦਾ ਗੱਭਰੂ ਇੱਕ ਵਾਰ ਖਾਨਾ ਬਦੋਸ਼ਾਂ ਦੇ ਡੇਰੇ ਕੋਲੋਂ ਦੀ ਲੰਘਿਆ ਤਰਕਾਲਾਂ ਦਾ ਖੁਸਮੁਸਾ ਸੀ ਇੱਕ ਟੱਪਰੀ ਵਾਸਨ ਉਹ ਤੇ ਮੋਤ ਹੋ ਗਈ ਤੇ ਉਹਨੇ ਉਹਨੂੰ ਸ਼ਿਕਰਾ ਬਣਾ ਕੇ ਪਿੰਜਰੇ ਚ ਪਾ ਲਿਆ ਸਾਰਾ ਦਿਨ ਉਹ ਚੜੇਲ ਪਿੰਜਰੇ ਨੂੰ ਝੁੱਗੀ ਦੇ ਬਾਹਰ ਟੰਗੀ ਰੱਖਦੀ ਰਾਤੀ ਸ਼ਿਕਰੇ ਨੂੰ ਮਰਦ ਬਣਾ ਬਣਾ ਲੈਂਦੀ ਉਹ ਉਸ ਮਰਦ ਨੂੰ ਫੇਰ ਕਦੇ ਕਿਸੇ ਨੇ ਨਹੀਂ ਸੀ ਡਿਠਾ ਜਿਨੇ ਮੂੰਹ ਉਨੀਆਂ ਗੱਲਾਂ ਇੱਕ ਦਿਨ ਦੁਪਹਿਰ ਨੂੰ ਜਦੋਂ ਦਾਦੀ ਜੀ ਬੈਠੇ ਚਰਖਾ ਕੱਤ ਰਹੇ ਸਨ ਤੇ ਮੈਂ ਉਹਨਾਂ ਦੇ ਕੋਲ ਬੈਠ ਗਿਆ ਟੱਪਰੀ ਵਸਨਾ ਬਾਰੇ ਮੁਰ ਗੱਲ ਛੇੜ ਦਿੱਤੀ ਇਹ ਮੰਤਰ ਕਿਵੇਂ ਮਾਰਦੀਆਂ ਨੇ ਬਸ ਇਹਨਾਂ ਕੋਲ ਜਾਦੂ ਦਾ ਇੱਕ ਚਰਖਾ ਹੁੰਦਾ ਉਹਨੂੰ ਉਹ ਕੱਤਦੀਆਂ ਜਾਂਦੀਆਂ ਨੇ ਜਾਦੂ ਦੀਆਂ ਤੰਦਾਂ ਦੇ ਮੁੱਢੇ ਬਣਾ ਕੇ ਰੱਖ ਛੱਡਦੀਆਂ ਨੇ ਫਿਰ ਉਹ ਤੰਦ ਜਿਸ ਬੱਚੇ ਦੀ ਵੀਣੀ ਤੇ ਬੰਨ ਦੇਣ ਉਹ ਪੰਛੀ ਬਣ ਜਾਂਦਾ ਹੈ ਕਈ ਵਾਰ ਖਾਨਾ ਵਿਦੇਸ਼ ਵਿਦੇਸ਼ਣਾ ਦੂਰ ਹੀ ਤੰਦੀ ਚ ਲਾਂਦੀਆਂ ਨੇ ਬਸ ਆਦਮੀ ਖਿੱਚਿਆ ਆਉਂਦਾ ਫਿਰ ਪੰਛੀ ਬਣ ਕੇ ਉਹਨਾਂ ਦੇ ਹੱਥਾਂ ਤੇ ਜਾ ਬੈਠਦਾ ਪਤਾ ਨਹੀਂ ਦਾਦੀ ਜੀ ਨੇ ਮੈਨੂੰ ਡਰਾਉਣ ਲਈ ਇਹ ਗੱਲ ਕਹੀ ਸੀ ਜائیں ਸੱਚ ਸੀ ਪਰ ਇਹ ਗੱਲ ਮੈਨੂੰ ਚੰਗੀ ਲੱਗੀ ਸੀ ਮੇਰਾ ਦਿਲ ਇੱਕ ਵਾਰ ਪੰਛੀ ਬਣ ਕੇ ਅਸਮਾਨ ਚ ਉਡਾਰੀਆਂ ਭਰਨਾ ਚਾਹੁੰਦਾ ਸੀ ਉਦੋਂ ਤੋਂ ਅਸੀਂ ਸਕੂਲ ਖੇਤਾਂ ਵੱਲੋਂ ਦੀ ਲੰਘ ਕੇ ਜਾਂਦੇ ਸੀ ਪਰ ਵਾਪਸੀ ਉੱਤੇ ਕਦੇ ਅਸੀਂ ਉਹਨਾਂ ਟੱਪਰੀਆਂ ਵੱਲੋਂ ਦੀ ਲੰਘਦੇ ਇੱਕ ਟੱਪਰੀ ਦੇ ਬਾਹਰ ਮੈਂ ਇੱਕ ਪਿੰਜਰੇ 'ਚ ਇੱਕ ਤੋਤਾ ਲਟਕਦਾ ਵੇਖਿਆ ਮੈਨੂੰ ਲੱਗਾ ਇਹ ਕੋਈ ਗਬਰੂ ਹੋਏਗਾ ਜਿਹਨੂੰ ਕਿਸੇ ਖਾਨਾ ਬਦੁਰਸ਼ਣ ਨੇ ਮੰਤਰ ਮਾਰ ਕੇ ਤੋਤਾ ਬਣਾ ਦਿੱਤਾ ਸੀ ਇੱਕ ਵਾਰ ਉਧਰੋਂ ਲੰਘਦਿਆਂ ਮੈਂ ਇੱਕ ਕੋਇਲ ਨੂੰ ਪਿੰਜਰੇ 'ਚ ਵੇਖਿਆ ਮੈਨੂੰ ਉਸ ਕੋਇਲ ਵਿੱਚ ਇੱਕ ਬਿਰਹੂ ਕੁੱਠੀ ਹੁਸਨ ਔਰਤ ਵਿਖਾਈ ਦਿੱਤੀ ਕਈ ਵਾਰ ਜਦੋਂ ਅਸੀਂ ਸਕੂਲੋਂ ਪਰਤ ਰਹੇ ਹੁੰਦੇ ਤਾਂ ਖਾਨਾ ਬਦੁਰਸ਼ਾਂ ਦੇ ਬੰਦੇ ਸਾਡੇ ਮਗਰ ਦੌੜਦੇ ਸਾਨੂੰ ਪਕੜਨ ਦਾ ਯਤਨ ਕਰਦੇ ਜਿਸ ਕਰਕੇ ਅਸਾ ਬੱਚਿਆਂ 'ਚ ਇੱਕ ਭੈ ਜਿਆ ਪੈਦਾ ਹੋ ਗਿਆ ਤੇ ਕਈ ਬੱਚੇ ਹੁਣ ਟੱਪਰੀਆਂ ਕੋਲੋਂ ਦੀ ਬਿਲਕੁਲ ਨਹੀਂ ਸੀ ਲੰਘਦੇ ਪਰ ਇਹਨਾਂ ਗੱਲਾਂ ਦੇ ਬਾਵਜੂਦ ਵੀ ਮੈਨੂੰ ਖਾਨਾ ਬਦੋਸ਼ ਚੰਗੇ ਲੱਗਦੇ ਸੀ। ਇੱਕ ਦਿਨ ਅਸੀਂ ਕੁਝ ਬੱਚੇ ਸਕੂਲੋਂ ਵਾਪਸ ਆਉਂਦੇ ਹੋਏ ਟੱਪਰੀਵਾਸਾਂ ਦੀਆਂ ਝੁੱਗੀਆਂ ਕੋਲੋਂ ਦੀ ਲੰਘ ਰਹੇ ਸੀ। ਉਹਨਾਂ ਦੇ 4-5 ਬੱਚੇ ਸਾਨੂੰ ਫੜਨ ਲਈ ਸਾਡੇ ਪਿੱਛੇ ਦੌੜੇ। ਉਹਨਾਂ ਬੱਚਿਆਂ 'ਚ ਦੋ ਕੁੜੀਆਂ ਵੀ ਸੀ। ਇੱਕ ਕੁੜੀ ਜੇ ਮੇਰੇ ਨਾਲ ਰਤਾ ਕੋ ਬੁਢੇਰੀ ਸੀ, ਬੜੀ ਖੂਬਸੂਰਤ ਸੀ। ਉਹਨੇ ਕੁੜਤੀ ਤੇ ਘਗਰੀ ਪਾਈ ਸੀ। ਉਹ ਕੁੜੀ ਵੇਖਣ 'ਚ ਟੱਪਰੀਵਾਸਾਂ ਦੀ ਨਹੀਂ ਸੀ ਲੱਗਦੀ। ਚਿੱਟਾ ਦੁੱਧ ਰੰਗ, ਡੁੱਲਦਾ-ਡੁੱਲਦਾ ਰੂਪ, ਤਿੱਖੇ ਉੱਬਰਦੇ ਨੈਣ ਨਕਸ਼। ਉਨੇ ਇੱਕ ਸ਼ੋਖ ਰੁਮਾਲ ਮੱਥੇ ਤੇ ਬਿਲੇਟਿਆ ਹੋਇਆ ਸੀ ਲਾਲ ਸੁਰਖ ਰੁਮਾਲ ਚੋਂ ਦਾ ਚਿਹਰਾ ਚੰਨ ਵਾਂਗ ਉੱਭਰ ਰਿਹਾ ਸੀ ਉਹ ਕੁੜੀ ਵੀ ਸਾਡੇ ਪਿੱਛੇ ਦੌੜੀ ਸੀ ਸਾਰੇ ਬੱਚੇ ਡਰ ਗਏ ਜਿੱਧਰ ਜਿਹਦਾ ਮੂੰਹ ਆਇਆ ਨੱਟ ਪਿਆ ਖਾਨਾ ਬਦੋਸ਼ਾਂ ਦੇ ਬੱਚੇ ਵੀ ਇੱਕ ਇੱਕ ਦੋ ਦੋ ਕਰਕੇ ਬੱਚਿਆਂ ਦੇ ਪਿੱਛੇ ਦੌੜਨ ਲੱਗੇ ਮੇਰੇ ਪਿੱਛੇ ਉਹ ਹਸੀਨ ਕੁੜੀ ਜਿਹਦਾ ਨਾਮ ਸ਼ਾਇਦ ਨੂਰੀ ਸੀ ਕਿਉਂਕਿ ਜੋ ਇਸੇ ਨਾਮ ਨਾਲ ਇੱਕ ਬੱਚੇ ਨੇ ਉਹਨੂੰ ਆਵਾਜ਼ ਮਾਰੀ ਸੀ ਦੌੜ ਰਹੀ ਸੀ ਮੈਂ ਹੱਫ ਗਿਆ ਸੀ ਪਿੱਛੇ ਪਰਤ ਕੇ ਵੇਖਿਆ ਉਹ ਵੀ ਹਫੀ ਪਈ ਸੀ ਮੈਂ ਰੁਕ ਗਿਆ ਲੈ ਤੂੰ ਮੈਨੂੰ ਫੜ ਲਿਆ ਪਰ ਤੂੰ ਮੈਨੂੰ ਕਾਂ ਜਾਂ ਬਿੱਲੀ ਨਾ ਬਣਾਈ ਤੂੰ ਤਾਂ ਬੇਸ਼ੱਕ ਬਣਾ ਦੇ ਮੈਨੂੰ ਇਉਂ ਲੱਗ ਰਿਹਾ ਸੀ ਕਿ ਹੁਣੇ ਮੇਰੀ ਜੂਨ ਬਦਲਣ ਵਾਲੀ ਏ ਮਨੁੱਖੀ ਜੂਨ ਨਾਲ ਟੁੱਟ ਕੇ ਮੈਂ ਇੱਕ ਨਵੀਂ ਜੂਨ ਭੋਗਣ ਲਈ ਆਪਣੇ ਆਪ ਮਨ ਨੂੰ ਤਿਆਰ ਕਰ ਰਿਹਾ ਸੀ ਨੂਰੀ ਨੇ ਮੈਨੂੰ ਪਾਉ ਫੜ ਲਿਆ ਤੂੰ ਮੇਰੀ ਅੱਖਾਂ ਚ ਅੱਖਾਂ ਗੱਡ ਕੇ ਕਹਿਣ ਲੱਗੀ ਵੇ ਸਾਡੇ ਮਿੱਟੀ ਦੇ ਘੜਾਉਣੇ ਕੱਲ ਤੂੰ ਤੋੜੇ ਸੀ ਨਹੀਂ ਮੈਂ ਕਿਉਂ ਤੋੜਨੇ ਸੀ ਫਿਰ ਤੂੰ ਡਰ ਕੇ ਦੌੜਿਆ ਕਿਉਂ ਅਸੀਂ ਤਾਂ ਉਹਨਾਂ ਮੁੰਡਿਆਂ ਨੂੰ ਫੜ ਰਹੇ ਹਾਂ ਜਿਹੜੇ ਕੱਲ ਸਾਡੇ ਖਡਾਉਣੇ ਪੈਰਾ ਹੇਠ ਮਧੋਲ ਕੇ ਨੱਟ ਗਏ ਸੀ ਨੂਰੀ ਨੇ ਮੇਰੀ ਬਾਹਂ ਛੱਡਤੀ ਪਰ ਮੈਂ ਖੜਾ ਰਿਹਾ ਰਤਾ ਕੁ ਠਹਿਰ ਮੈਂ ਹੁਣੇ ਆਈ ਕਹਿ ਕੇ ਨੂਰੀ ਦੌੜਦੀ ਹੋਈ ਆਪਣੀ ਝੁੱਗੀ ਵੱਲ ਗਈ ਮੈਂ ਉਹਨੂੰ ਦੌੜਦੀ ਨਹੀਂ ਉੱਡਦੀ ਵੇਖ ਰਿਹਾ ਸੀ ਜਿਵੇਂ ਉਹਦੇ ਜਿਸਮ ਚੋਂ ਖੰਭ ਉੱਗ ਗਏ ਹੋਣ ਮੇਰੇ ਤਸੱਵਰ ਚ ਲੋਕ ਕਹਾਣੀਆਂ ਦੀ ਕੋਈ ਪਰੀ ਘੁੰਮਣ ਲੱਗੀ ਥੋੜੀ ਦੇਰ ਬਾਅਦ ਨੂਰੀ ਹਫੀ ਹੋਈ ਮੇਰੇ ਕੋਲ ਆ ਕੇ ਖੜੀ ਹੋਈ ਮੈਨੂੰ ਕਹਿਣ ਲੱਗੀ ਤੈਨੂੰ ਤੋਤਾ ਚੰਗਾ ਲੱਗਦਾ ਹੈ ਨਾ ਹਾਂ ਮੈਂ ਮੁਸਕਰਾ ਕੇ ਕਿਹਾ ਫਿਰ ਉਹਨੇ ਆਪਣੀ ਕੁੜਤੀ ਹੇਠ ਛੁਪਾਇਆ ਇੱਕ ਤੋਤਾ ਮੇਰੇ ਹੱਥਾਂ 'ਚ ਦੇ ਦਿੱਤਾ ਵੇ ਐ ਲੈ ਤੋਤਾ ਤੇ ਮੇਰੇ ਦਿਲ 'ਚੋਂ ਖਾਨਾ ਬਦੂਸ਼ਾਂ ਦਾ ਸਾਰਾ ਭੈ ਮੁੱਕ ਗਿਆ ਤੂੰ ਤੋਤਾ ਬਣਾ ਲੈਨੀ ਹੈ ਨਹੀਂ ਮੇਰੀ ਮਾਂ ਬਣਾਉਂਦੀ ਬੱਚਿਆਂ ਉੱਤੇ ਮੰਤਰ phੋਕੇ ਨਹੀਂ ਮਿੱਟੀ ਜਾਂ ਲੀਰਾਂ ਦਾ ਅਸੀਂ ਦੋਵੇਂ ਖਿੜਖੜਾ ਕੇ ਹੱਸ ਪਏ ਉਸ ਤੋਂ ਬਾਅਦ ਮੈਂ ਕਈ ਵਾਰ ਉਧਰੋਂ ਦੇ ਲੰਘਿਆ ਪਰ ਨੂਰੀ ਮੈਨੂੰ ਕਦੀ ਵਿਖਾਈ ਨਾ ਦਿੱਤੀ ਨੂਰੀ ਮੇਰੇ ਜ਼ੈਨ ਵਿੱਚ ਇੱਕ ਤਸਵੀਰ ਬਣ ਕੇ ਉੱਤਰ ਗਈ ਕਿ ਜ਼ਿੰਦਗੀ ਵਿੱਚ ਹਰ ਕੁੜੀ ਜੋ ਮੈਨੂੰ ਰਤਾ ਵੀ ਚੰਗੀ ਲੱਗੀ ਉਸ ਤੋਂ ਮੈਨੂੰ ਉਸੇ ਨੂਰੀ ਦੀ ਝੋਵਲੇ ਪਈ ਅੱਜ ਵੀ ਨੂਰੀ ਦੀ ਸ਼ਕਲਿੰਨ ਬਿਨ ਮੇਰੀਆਂ ਅੱਖਾਂ ਸਾਹਮਣੇ ਹੈ ਖਾਨਾ ਬਦੋਸ਼ਾਂ ਦੀ ਟੋਲੀ ਉੱਥੋਂ ਕਿਧਰੇ ਅੱਗੇ ਤੁਰ ਪਈ ਸੀ ਸ਼ਾਇਦ ਨੂਰੀ ਵੀ ਆਪਣੇ ਮਾਪਿਆਂ ਨਾਲ ਉਸੇ ਟੋਲੀ 'ਚ ਅੱਗੇ ਚਲੀ ਗਈ ਪਰ ਇਹ ਕੁਝ ਛਿੰਨ ਸੰਜੋ ਮੇਰੀ ਉਮਰ ਉੱਤੇ ਸਿਮਰਤੀ ਬਣ ਕੇ ਫੈਲ ਗਏ ਮੈਂ ਨੂਰੀ ਨੂੰ ਮੁੜ ਵੇਖਣ ਦੀ ਰੀਜ ਨਾਲ ਕਈ ਵਾਰ ਸਕੂਲ ਆਉਂਦਾ ਹੋਇਆ ਟਪਰੀਆਂ ਕੋਲੋਂ ਦੀ ਲੰਘਦਾ ਇੱਕ ਵਾਰ ਬੰਨੀ ਦੇ ਕੋਲ ਕਾਫੀ ਸਾਰੀ ਭੀੜ ਜੁੜੀ ਸੀ ਤਤਨੇ ਕੀ ਗੱਲ ਸੀ ਰੌਲਾ ਕਾਫੀ ਸੀ ਸ਼ਹਿਦਖਾਨਾ ਬਦੋਸ਼ਾਂ ਦੀ ਕੋਈ ਪੰਚਾਇਤ ਜੁੜੀ ਬੈਠੀ ਸੀ ਤੇ ਪੰਚਾਂ ਨੇ ਕੁਝ ਝਗੜੇ ਨਿਵੇੜੇ ਸਨ ਕੁਝ ਕੋ ਮਾਮਲਿਆਂ ਚ ਸੱਚ ਝੂਠ ਦਾ ਨਤਾਰਾ ਨਹੀਂ ਸੀ ਹੋ ਸਕਿਆ ਇਸ ਲਈ ਫੈਸਲਾ ਖਵਾਜਾ ਖিজਰ ਉਤੇ ਛੱਡ ਦਿੱਤਾ ਗਿਆ ਬੰਨੇ ਉਤੇ ਖਲ ਖਲ ਕੇ ਦੋ ਮੁਟਿਆਰਾ ਕੁੜੀਆਂ ਖਵਾਜਾ ਖিজਰ ਨੂੰ ਤਿਆਰ ਰਹੀਆਂ ਸਨ ਖਵਾਜਾ ਖিজਰ ਮੁਸਲਮਾਨਾਂ ਦੀ ਪੰਜ ਪੀਰਾਂ ਚੋਂ ਇੱਕ ਹੈ ਮੁਸਲਮਾਨ ਇਸੇ ਪੀਰ ਦਾ ਪਾਣੀ ਉਤੇ ਅਧਿਕਾਰ ਮੰਨਦੇ ਹੈ ਕਹਿੰਦੇ ਨੇ ਖਵਾਜਾ ਖিজਰ ਨੂੰ ਆਬੇ ਹੈ ਆ ਉਹਦਾ ਚਸ਼ਮਾ ਲੱਭ ਪਿਆ ਉਹ ਇਸ ਤੋਂ ਅੰਮ੍ਰਿਤ ਦੇ ਦੋ ਘੁੱਟ ਪੀ ਕੇ ਅਮਰ ਹੋ ਗਿਆ ਇਹ ਇੱਕ ਰਵਾਇਤ ਵੀ ਹੈ ਕਿ ਖিজਰ ਮਹਾਨ ਸਿਕੰਦਰ ਦਾ ਰਸੋਈਆ ਸੀ ਸਿਕੰਦਰ ਨੇ ਆਪਣੇ ਖੁਮਾ ਆਪਣਾ ਖੁਮਾ ਕਿਸੇ ਜੰਗਲ 'ਚ ਲਗਾਇਆ ਹੋਇਆ ਸੀ ਤੇ ਖিজਰ ਮੱਛੀਆਂ ਧੋਣ ਦੇ ਵਿਚਾਰ ਨਾਲ ਪਾਣੀ ਦੀ ਭਾਲ 'ਚ ਦੂਰ ਨਿਕਲ ਗਿਆ ਉੱਥੇ ਉਹਨੇ ਇੱਕ ਚਸ਼ਮਾ ਵੇਖਿਆ ਜਿੱਥੋਂ ਜਦੋਂ ਖিজਰ ਨੇ ਮੱਛੀਆਂ ਨੂੰ ਧੋਣ ਲਈ ਚਸ਼ਮੇ 'ਚ ਸੁੱਟਿਆ ਤਾਂ ਸਭ ਮੱਛੀਆਂ ਜ਼ਿੰਦਾ ਹੋ ਕੇ ਪਾਣੀ 'ਚ 扑ੜਕਣ ਲੱਗੀਆਂ ਖਿਜਰ ਤਾੜ ਗਿਆ ਕਿ ਚਸ਼ਮਾ ਆਬੀ ਹੈ ਆਦ। ਉਹਨੇ ਉਸੇ ਵੇਲੇ ਚਸ਼ਮੇ ਵਿੱਚੋਂ ਦੋ ਘੁੱਟ ਪੀ ਲਏ ਤੇ ਹਮੇਸ਼ਾ ਲਈ ਅਮਰ ਹੋ ਗਿਆ। ਖਿਜਰ ਨੇ ਵਾਪਸ ਜਾ ਕੇ ਸਾਰੀ ਗੱਲ ਸਿਕੰਦਰ ਨੂੰ ਦੱਸੀ। ਸਿਕੰਦਰ ਉਸੇ ਵੇਲੇ ਖਿਜਰ ਨੂੰ ਨਾਲ ਲੈ ਕੇ ਉਸ ਜਗ੍ਹਾ ਪੁੱਜਾ ਜਿੱਥੇ ਖਿਜਰ ਨੇ ਉਸ ਚਮੜੇ 'ਚ ਪਾਣੀ ਪੀਤਾ ਸੀ। ਪਰ ਉੱਥੋਂ ਚਸ਼ਮਾ ਰਸਮਈ ਢੰਗ ਨਾਲ ਗਾਇਬ ਹੋ ਗਿਆ ਸੀ। ਸੋ ਦੋਹਾਂ ਨੇ ਸਾਰਾ ਜੰਗਲ ਛਾਣ ਮਾਰਿਆ ਪਰ ਚਸ਼ਮਾ ਕਿਧਰੇ ਨਾ ਲੱਭਾ। ਸਿਕੰਦਰ ਨੂੰ ਆਪਣੇ ਰਸੋਈਏ ਖਿਜਰ ਉਤੇ ਇੰਨਾ ਗਰੋਧ ਆਇਆ ਕਿ ਉਹਨੇ ਖਿਜਰ ਨੂੰ ਇੱਕ ਪਾਰੇ ਪੱਥਰ ਨਾਲ ਬਨ ਕੇ ਦਰਿਆ ਦੇ ਡੂੰਘੇ ਪਾਣੀ 'ਚ ਸੁੱਟ ਦਿੱਤਾ। ਇਹ ਰਸੋਈਆ ਖਵਾਜਾ ਖিজਰ ਦੇ ਨਾਮ ਨਾਲ ਪ੍ਰਸਿੱਧ ਹੋਇਆ ਤੇ ਉਹਦੀ ਧਰਤੀ ਤੇ ਸਾਰੇ ਜਲ ਉੱਤੇ ਅਧਿਕਾਰ ਹੋ ਗਿਆ। ਦੋਨਾਂ ਖਾਨਾ ਬਦੋਸ਼ ਮੁਟਿਆਰਾ ਨੇ ਖਵਾਜਾ ਖিজਰ ਨੂੰ ਧਿਆ ਕੇ ਆਪੋ ਆਪਣੇ ਕਟੋਰੇ ਨੂੰ ਬਨ ਕੇ ਪਾਣੀ ਵਿੱਚ ਨੱਕੋ-ਨੱਕ ਭਰ ਲਿਆ। ਫਿਰ ਆਪੋ ਆਪਣੀ ਖੱਬੀ ਥੇਲੀ ਤੇ ਰੱਖ ਕੇ ਦੂਰ ਬੈਠੇ ਪੰਚਾਵਲ ਤੁਰ ਪਈਆਂ। ਉਹ ਦੋਵੇਂ ਮਨ 'ਚ ਖਵਾਜਾ ਖিজਰ ਨੂੰ ਸਿਮਰਦੀਆਂ, ਬੋਲੇ-ਬੋਲੇ ਤੁਰ ਰਹੀਆਂ ਸੀ ਜਿਵੇਂ ਉਹਨਾਂ ਦੇ ਹਰ ਕਦਮ ਨਾਲ ਵੱਜੀ ਤਕਦੀਰ। ਛਲਕ ਨਾ ਜਾਏ ਦੋਹਾ ਮੁਟਿਆਰਾਂ ਨੇ ਸਿਰ ਚੋਂ ਪੈਰਾਂ ਤੱਕ ਕਾਲੇ ਸਿਆਹ ਕੱਪੜੇ ਪਹਿਨ ਰੱਖੇ ਸੀ ਉਹਨਾਂ ਦੇ ਰੰਗ ਸਾंभਲੇ ਸੀ ਜਿਸ ਕਰਕੇ ਉਹ ਸਿਰ ਤੋਂ ਪੈਰਾਂ ਤੱਕ ਸਿਆਹ ਰੰਗੀਆਂ ਦੋ ਤਸਵੀਰਾਂ ਲੱਗ ਰਹੀਆਂ ਸਨ ਤਮਾਸ਼ਾ ਵੇਖ ਰਹੇ ਲੋਕ ਕਹਿੰਦੇ ਸਨ ਜਿਸ ਮੁਟਿਆਰ ਦੇ ਕਟੋਰੇ ਚੋਂ ਜ਼ਿਆਦਾ ਪਾਣੀ ਛਲਕ ਗਿਆ ਉਹ ਝੂਠੀ ਮੰਨੀ ਜਾਏਗੀ ਇਸ ਲਈ ਆਪੋ ਆਪਣੇ ਸੱਚ ਦੀ ਰਾਖੀ ਲਿਓ ਸੱਚ ਸਰੂਪ ਬਣੀਆਂ ਤੁਰਦੀਆਂ ਗਈਆਂ ਪਰ ਸੱਚ ਦਾ ਰੂਪ ਇੰਨਾ ਕਾਲਾ ਕਿਉਂ ਸ਼ਾਇਦ ਇਸ ਲਈ ਕਿ ਹੁਣ ਇਹਨਾਂ ਵਿੱਚੋਂ ਇੱਕ ਦਾ ਸੱਚ ਕਾਲਾ ਪੈ ਜਾਣਾ ਸੀ ਇਸ ਲਈ ਉਹ ਦੋਵੇਂ ਪਹਿਲਾਂ ਹੀ ਕਾਲਾ ਝੂਠ ਨਾਲ ਲੈ ਕੇ ਧੁਰੀਆਂ ਸੀ ਉਸ ਵੇਲੇ ਇੱਕ ਮੁਟਿਆਰ ਦੇ ਪੈਰਾ ਹੀਟ ਕੋਈ ਘਟਾ ਆ ਗਿਆ ਉਹਦਾ ਕਟੋਰਾ ਮਸਾ ਡਿੱਗਦਾ ਡਿੱਗਦਾ ਬਚਿਆ ਥੋੜਾ ਜਿਹਾ ਪਾਣੀ ਛਲਕ ਕੇ ਹੀ ਠੰਡ ਡਿੱਗ ਪਿਆ ਸੋ ਜਦੋਂ ਉਹ ਦੋਵੇਂ ਮੁਟਿਆਰਾਂ ਪੰਜਾਂ ਦੇ ਕੋਲ ਪੁੱਜੀਆਂ ਤਾਂ ਦੂਜੀ ਮੁਟਿਆਰ ਜੀ ਦੇ ਕਟੋਰੇ 'ਚੋਂ ਇੱਕ ਬੂੰਦ ਵੀ ਬਾਹਰ ਨਹੀਂ ਸੀ ਛਲਕੀ ਸੱਚੀ ਮੰਨ ਲਈ ਗਈ ਸ਼ਾਇਦ ਸੱਚ ਭੀੜਾਂ ਵਿੱਚ ਵੀ ਅਡੋਲ ਟਿਕਿਆ ਰਹਿੰਦਾ ਇਸ ਤੋ ਇਹ ਨਿਰਣਾ ਪ੍ਰਚਲਿਤ ਹੋਇਆ ਹੋਵੇ ਪਹਿਲੀ ਮੁਟਿਆਰ ਜੀ ਦਾ ਕਟੋਰਾ ਛਲਕ ਗਿਆ ਸੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਤੇ ਉਹਨੇ ਆਪਣਾ ਮੂੰਹ ਕਾਲੇ ਦੁਪੱਟੇ ਨਾਲ ਕੱਜ ਲਿਆ ਤੇ ਦੌੜਦੀ ਹੋਈ ਆਪਣੀ ਝੁੱਗੀ 'ਚ ਜਾਂ ਚੁਪੀ ਭੇਡ 'ਚ ਰੌਲਾ ਮੱਚ ਗਿਆ ਥੋੜੀ ਦੇਰ ਲੰਗੀ ਤਾਂ ਦੋ ਜਵਾਨ ਖਾਨਾ ਬਦੂਸ਼ ਪੰਚਾ ਨਾਲ ਬੰਨੀ ਕੀ ਕੰਡੇ ਆਏ ਉਹਨਾਂ ਦੋਹਾਂ ਵਿੱਚਕਾਰ ਕੋਈ ਝਗੜਾ ਸੀ ਜਿਹਦਾ ਫੈਸਲਾ ਗਵਈਆਂ ਨਾਲ ਨਹੀਂ ਸੀ ਹੋ ਸਕਿਆ ਤੇ ਹੁਣ ਜਲ ਪ੍ਰੀਖਿਆ ਦੁਆਰਾ ਹੋਣੀ ਸੀ ਉਹਨਾਂ 'ਚੋਂ ਇੱਕ ਗੱਭਰੂ ਦਾ ਸੰਦੀ ਦਾ ਰੁਪਿਆ ਗੁੰਮ ਹੋ ਗਿਆ ਸੀ ਤੇ ਮੈਂ ਦੂਜੇ ਗੱਭਰੂ ਕੋਲੋਂ ਨਿਕਲਿਆ ਪਰ ਦੂਜਾ ਗੱਭਰੂ ਕਹਿੰਦਾ ਕਿ ਉਹ ਰੁਪਿਆ ਤਾਂ ਉਹਦਾ ਆਪਣਾ ਹੈ ਉਦੋਂ 1 ਰੁਪਏ ਦਾ ਬੜਾ ਮੁੱਲ ਸੀ ਪੂਰਾ ਸੇਰ ਪੱਕਾ ਖਾਲਸ ਘਿਓ ਆਉਂਦਾ ਸੀ ਤੂੰ ਹਨੇ ਆਪੋ ਆਪਣੇ ਹੱਕ 'ਚ ਗਵਾ ਪੁੱਗਤਾਏ ਪਰ ਪੰਚ ਕਿਸੇ ਵੀ ਫੈਸਲੇ ਤੇ ਨਾ ਪੁੱਜ ਸਕੇ ਅਖੀਰ ਖਵਾਜਾਖੇ ਜਰੂਰ ਤੇ ਗੱਲ ਛੱਡੀ ਗਈ ਪੰਚਾਂ ਨੇ ਦੋਹਾਂ ਗੱਭਰੂਆਂ ਤੋਂ ਪੁੱਛਿਆ ਕਿ ਆਪਣਾ ਫੈਸਲਾ ਟੂਬੀ ਮਾਰਨ ਦੁਆਰਾ ਕਰਨਾ ਚਾਹੁੰਦੇ ਨੇ ਕਿ ਆਪਣਾ ਸਾਹਸ ਦੁਆਰਾ ਜੇ ਟੁੱਬੀ ਮਾਰਾਂ ਦੁਆਰਾ ਫੈਸਲਾ ਹੋਣਾ ਹੋਵੇ ਤਾਂ ਦੋਵੇਂ ਧਿਰਾਂ ਆਪੋ ਆਪਣੇ ਲਈ ਇੱਕ ਟੁੱਬੀ ਮਾਰ ਮੁਕਰਰ ਕਰ ਦਿੰਦੀਆਂ ਦੋਹਾਂ ਧਿਰਾਂ ਨੇ ਟੁੱਬੀ ਮਾਰ ਪਾਣੀ 'ਚ ਟੁੱਬੀ ਮਾਰਦੇ ਆ ਜਿਸ ਧਿਰ ਦਾ ਟੋਬਾ ਪਾਣੀ 'ਚ ਜਿਆਦਾ देर ਠਹਿਰੇ ਉਹ ਧਿਰ ਸੱਚੀ ਕਿਉਂਕਿ ਜੋ ਖਾਨਾ ਬਦੋਸ਼ਾਂ ਦਾ ਵਿਸ਼ਵਾਸ ਹੈ ਕਿ ਜਿਹੜੀ ਧਿਰ ਝੁੱਠੀ ਹੁੰਦੀ ਹੈ ਉਸ ਧਿਰ ਦੇ ਟੋਬੇ ਨੂੰ ਪਾਣੀ ਦੇ ਕਿਰਮ ਰਹਸਮਈ ਤੰਗ ਨਾਲ ਇਹਨਾ ਤੰਗ ਕਰਦੇ ਆ ਕਿ ਬਹੁਤੀ देर ਪਾਣੀ 'ਚ ਠਹਿਰ ਨਹੀਂ ਸਕਦਾ ਪਰ ਦੋਵੇਂ ਗੱਬਰੂ ਟੁੱਬੀ ਮਾਰਨੀ ਜਾਣਦੇ ਸੀ ਇਸ ਲਈ ਉਹ ਆਪੋ ਆਪਣੇ ਸੱਚ ਦੀ ਰੱਖਿਆ ਲਈ ਖੁਦ ਹੀ ਪਾਣੀ 'ਚ ਉਤਰਨ ਦੀ ਇੱਛਾ ਰੱਖਦੇ ਸੀ ਮੇਰੇ ਵੇਖਦੇ ਵੇਖਦੇ ਦੋਵੇਂ ਗੱਬਰੂ ਰਤਾ ਡੂੰਘੇ ਪਾਣੀ 'ਚ ਜਾ ਖੜੇ ਹੋਏ ਫਿਰ ਪੰਚਾਂ ਦੇ ਆਦੇਸ਼ ਉੱਤੇ ਦੋਹਾਂ ਨੇ ਇੱਕੋ ਵੇਲੇ ਪਾਣੀ 'ਚ ਛੁੱਬੀ ਮਾਰੀ ਤੋਂ ਮੈਂ ਇੱਕ ਦੂਜੇ ਤੋਂ ਬਹੁਤੇ ਫਾਸਲੇ ਤੇ ਨਹੀਂ ਸੀ ਇੱਕ ਗੱਬਰੂ ਨੇ ਸਿਰਫ ਆਪਣਾ ਨੱਕ ਬਾਹਰ ਕੱਢਿਆ ਸਾਹ ਲੈ ਕੇ ਫਿਰ ਪਾਣੀ 'ਚ ਨੱਕ ਡਬੋਲਿਆ ਨੱਕ ਦੀ ਤੁਰੀ ਬਾਹਰ ਨਿਕਲੀ ਪੰਚਾਂ ਨੇ ਵੇਖ ਲਈ ਕਿਸੇ ਕਹੇ ਨੱਕ ਸੀ ਕਿਸੇ ਕਹੇ ਡੱਡੂ ਸੀ ਕਿਸੇ ਕਹੇ ਨੱਕ ਫੱਤੇ ਦਾ ਸੀ ਉਹਨੇ ਉਸੇ ਥਾਂ ਚੁੱਭੀ ਮਾਰੀ ਸੀ ਦੂਜੇ ਕਹਿਣ ਲੱਗੇ ਅੱਲਾ ਦਾਦੇ ਦਾ ਸੀ ਪਹਿਲਾ ਇੱਕ ਗਬਰੂ ਬਾਹਰ ਨਿਕਲਿਆ ਫਿਰ ਦੂਜਾ ਦੋਹਾਂ ਨੇ ਪੰਚਾਂ ਸਾਹਮਣੇ ਕਸਮਾਂ ਚੁੱਕੀਆਂ ਕਿ ਉਹਨਾਂ ਨੇ ਨੱਕ ਬਾਹਰ ਕੱਢ ਕੇ ਸਾਹ ਨਹੀਂ ਸੀ ਲਿਆ ਬਸ ਰੌਲਾ ਪੈ ਗਿਆ ਪੰਜ ਵੀ ਦੁਬਧਾ ਜੱਫਸ ਕੇ ਉਸੇ ਰੌਲੇ 'ਚ ਮੈਂ ਘਰ ਵੱਲ ਪਰਤ ਗਿਆ ਇਸ ਤਰ੍ਹਾਂ ਹਰ ਰੋਜ਼ ਜਦੋਂ ਮੈਂ ਖਾਨਾ ਬਦੋਸ਼ਾਂ ਦੀਆਂ ਸਿਰਕੀਆਂ ਕੋਲੋਂ ਦੀ ਲੰਘਦਾ ਉਹਨਾਂ ਦੀ ਜ਼ਿੰਦਗੀ ਦੀ ਕਿਤਾਬ ਦਾ ਇੱਕ ਵੱਖਰਾ ਪੰਨਾ ਪੜਨ ਨੂੰ ਮਿਲਦਾ ਉਦੋਂ ਤੋਂ ਖਾਣਾ ਬਦੂਸ਼ ਮੈਨੂੰ ਚੰਗੇ ਲੱਗਣ ਲੱਗ ਪਏ ਤਾਂ ਨੂੰ